ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੇਲ ਵਿਭਾਗ ਭਰਤੀ ਪੰਜਾਬ ਜਿਹਦੇ ਵਿੱਚ ਮੈਟਰਨ ਦੀਆਂ 815 ਅਤੇ ਜੋ ਫੀਮੇਲ ਦੀਆਂ 35 ਪੋਸਟਾਂ 32 ਪੋਸਟਾਂ ਆਊਟ ਹੋਈਆਂ ਸੀ ਸੋ ਇਹਦਾ ਪੇਪਰ ਦੀ एग्जाम ਡੇਟ ਜਿਹੜੀ ਆਊਟ ਹੋ ਚੁੱਕੀ ਹੈ ਪ੍ਰੀਖਿਆ ਸਮਾਂ ਪ੍ਰੀਖਿਆ ਕੇਂਦਰ ਐਡਮਿਟ ਕਾਰਡ ਸੋ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਤੁਹਾਨੂੰ ਸਮੇਂ ਸਿਰ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਸ਼ੇਅਰ ਕਰ ਦੇਣ ਜੀ ਇਹ ਪੂਰੀ ਜਾਣਕਾਰੀ ਤਾਂ ਇਹ ਹੈ ਜੀ ਉਹ ਨੋਟੀਫਿਕੇਸ਼ਨ ਅਧੀਨ ਸਬਾਵਾਂ ਚੋਨ ਬੋਰਡ ਪੰਜਾਬ ਵਨਪਪਲ ਸੈਕਟਰ 68 ਮਹਾਲੀ ਅਧੀਨ ਸਬਾਵਾਂ ਚੋਨ ਬੋਰਡ ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰਬਰ 8/2021 ਦਾ ਹੀ ਪ੍ਰਕਾਸ਼ਿਤ ਵਾਰਡਰਪੁਰਖ ਉਮੀਦਵਾਰ ਕੁੱਲ 815 ਅਤੇ ਮੈਟਰਨ ਇਸਤਰੀ ਉਮੀਦਵਾਰ ਕੁੱਲ 32 ਸਾਂਮੇ ਲਈ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਭਰਤੀ ਪ੍ਰਕਿਰਿਆ ਸੰਬੰਧੀ ਲਿਖਤੀ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਬਹੁਤਾਤ ਨੂੰ ਦੇਖਦੇ ਹੋਏ ਇਸ਼ਤਿਹਾਰ ਨੰਬਰ 8/2021 ਦੇ ਭਾਗ 8 ਪੰਜ ਦੇ ਸਨਮੁਖ ਫੈਸਲਾ ਲਿਆ ਗਿਆ ਕਿ ਇਹ ਲਿਖਤੀ ਪ੍ਰੀਖਿਆ ਮਲਟੀਪਲ ਸ਼ਿਫਟਸ ਦੇ ਵਿੱਚ ਆਯੋਜਿਤ ਕੀਤੀ ਜਾਣੀ ਹੈ ਅਤੇ ਉਮੀਦਵਾਰਾਂ ਵੱਲੋਂ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੀ ਅੰਤਮ ਮੈਰਿਟ ਕੈਲਕੂਲੇਟ ਕਰਨ ਲਈ ਨਾਰਮਲਾਈਜੇਸ਼ਨ ਕੀਤੀ ਜਾਏਗੀ ਸੋ ਇਹਦਾ ਐਗਜ਼ਾਮ ਹੈ ਜਿਹੜਾ ਉਹ ਸ਼ਿਫਟਾਂ ਦੇ ਵਿੱਚੋਂ ਲਿਆ ਜਾਏਗਾ ਸੋ ਇਹ ਕਿਉਂ ਲਿਆ ਜਾਏਗਾ ਕਿਉਂਕਿ ਪਟਵਾਰੀ ਦਾ ਐਗਜ਼ਾਮ ਹੋਇਆ ਕਿੰਨਾ ਨੁਕਸਾਨ ਹੋ ਗਿਆ ਕਿੰਨੇ ਉਮੀਦਵਾਰ ਉਮੀਦਵਾਰ ਸੀ ਜਿਹੜੇ ਕੈਂਡੀਡੇਟ ਸੀ ਕਈਆਂ ਦੀ ਮੌਤ ਵੀ ਹੋ ਗਈ ਹਾਲਾਤ ਸੇ ਦੇ ਵਿੱਚ ਸੋ ਇਹ ਸਭ ਨੂੰ ਦੇਖ ਕੇ ਜੋ ਸਰਕਾਰ ਹੈ ਉਹ ਮਲਟੀਪਲ ਸ਼ਿਫਟ ਸ਼ਿਫਟਾਂ ਦੇ ਵਿੱਚ ਜੋ ਐਗਜ਼ਾਮ ਤੁਹਾਡਾ ਲਏਗੀ ਸੋ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲਿਖਤੀ ਪ੍ਰੀਖਿਆ ਮਲਟੀਪਲ ਸ਼ਿਫਟਾਂ ਦੇ ਵਿੱਚ ਮਿਤੀ 27, 28 ਅਤੇ 29 ਅਗਸਤ 2021 ਨੂੰ ਆਯੋਜਿਤ ਹੋਣੀ ਹੈ ਯਾਨੀ ਕਿ ਤਿੰਨ ਦਿਨ ਇਹ ਪ੍ਰੀਖਿਆ ਚੱਲੇਗੀ 27, 28 ਅਤੇ 29 ਅਗਸਤ ਇਸੇ ਮਹੀਨੇ ਦੀ ਤਰੀਕ ਨੂੰ ਲਿਖਤੀ ਪ੍ਰੀਖਿਆ ਦਾ ਸਮਾਦੇ ਸ਼ਿਫਟ ਪ੍ਰੀਖਿਆ ਕੇਂਦਰ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਲਈ ਲੋੜੀਦਾ ਐਡਮਿਟ ਕਾਰਡ ਰੋਲ ਨੰਬਰ ਪ੍ਰੀਖਿਆ ਦੇ ਨਿਯਮ ਸ਼ਰਤਾਂ ਹਦਾਇਤਾਂ ਤੇ ਹੋਰ ਹੋਰ ਜਾਣਕਾਰੀ ਜਿਹੜੀ ਬਾਅਦ ਵਿੱਚ ਇਹਨਾਂ ਦੀ ਵੈੱਬਸਾਈਟ ਹੈ tripsb.punjab.gov.in ਇੱਥੇ ਉਪਲਬਧ ਕਰਵਾ ਦਿੱਤੀ ਜਾਵੇਗੀ ਸੋ ਬਾਕੀ ਇਹਨਾਂ ਲਿਖਿਆ ਕੀ ਵੈੱਬਸਾਈਟਾਂ ਸਮੇਂ-ਸਮੇਂ ਤੇ ਚੈੱਕ ਕਰਦੇ ਰਹੇਨ ਬਾਕੀ ਅੱਗੇ ਜੋ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਮੇਨ ਤੁਹਾਡਾ ਐਗਜ਼ਾਮ ਹੈ 27 28 ਅਤੇ 29 ਅਗਸਤ ਨੂੰ ਤੁਹਾਪਰੇ ਤੇ ਆਲੀ ਖਿਚ ਲੋ ਬਹੁਤ ਘਟਦੇ ਰਹੇਗੇ ਨੇ ਉਹ ਲਗਭਗ ਅਗਲਾ ਇਗਜ਼ਾਮ ਇਹਦਾ ਪੰਜਾਬ ਪੁਲਿਸ ਦੀ ਹੋਏਗਾ ਐਸਆਈ ਦਾ ਹੋ ਜਾਏਗਾ ਪੰਜਾਬ ਪੁਲਿਸ ਕਨਸਟੇਬਲ ਦਾ ਹੋ ਜਾਏਗਾ ਸਾਰੇ ਇਗਜ਼ਾਮ ਨੇੜੇ ਇਹ ਹੋਣ ਜਾ ਰਹੇ ਨੇ ਬਾਕੀ ਕੇ ਜੋ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ